ਤੁਸੀਂ ਪੰਜਾਬ ਪੁਲਿਸ ਚੋਂ ਰਿਟਾਇਰਮੈਂਟ ਤੋਂ ਬਾਅਦ ਘਰੇ ਕਿਉਂ ਨਹੀਂ ਬੈਠੇ, ਕੀ ਗੱਲ ਕਹੋਗੀ? ਮੈਂ ਵਿਹਲਾ ਰਹਿਣਾ ਚਾਹੁੰਦਾ, ਕੰਮ ਕਰੀਏ ਬਸ, ਜਦ ਤੱਕ ਸਰੀਰ ਚੱਲਦਾ ਕੰਮ ਲਵੋ, ਅਤੇ ਕੰਮ ਲੈ ਰਿਹਾ। ਕੰਮ ਲੈ ਰਹੇ ਹੋ? ਹਾਂਜੀ ਹਾਂਜੀ। ਵਿਹਲੇ ਬੈਠਣ ਵਾਲੋਂ ਚੰਗਾ ਆਪਣਾ ਕਿਸੇ ਕੰਮ ਕਰ 'ਚ ਲੱਗੇ ਰਹੀਏ, ਉਹ ਬਿਹਤਰ ਸਮਝਾਂ ਮੈਂ। ਕਿਉਂਕਿ ਬਾਕੀ ਜਿਹੜੀ ਗੱਲਾਂ ਬਾਤਾਂ ਦੀ ਗੱਲਬਾਤ ਸ਼ਾਮ ਨੂੰ ਆ ਜਾਂਦੇ, ਗੱਲਾਂ ਬਾਤਾਂ ਵੀ ਹੁੰਦੀਆਂ ਰਹਿੰਦੀਆਂ। ਅਰੇ ਵਾਹ! ਫਿਰ ਕੁਲਚੇ ਦੀ ਰੇਹੜੀ ਵਾਲਾ ਕੰਮ ਕਿਉਂ? ਇਹ ਮੈਨੂੰ ਸਰਲ ਜਿਹਾ ਦਿਖਿਆ, ਸੌਖਾ ਜਿਹਾ ਦਿਖਿਆ, ਫਿਰ ਕੰਮ ਸ਼ੁਰੂ ਕਰਤਾ ਮੈਂ। ਬੜਾ ਜ਼ੋਰ ਨਹੀਂ ਮਾਰਦਾ? ਬੜਾ ਜ਼ੋਰ ਨਹੀਂ ਮਾਰਦਾ ਮੈਂ। ਜਦੋਂ ਦੇਖਿਆ ਆਪਣੇ ਵੀ ਜ਼ਰੂਰਤ ਆ ਘਰ ਜਾਣ ਦੀ, ਤਾਂ ਬੰਦ ਕਰ ਜਾ ਤੁਰ ਪਈਦਾ ਘਰ ਨੂੰ। ਜੀ ਤੁਰ ਪਈਦਾ ਜੀ। ਕਿੰਨੇ ਵਜੇ ਆ ਜਾਂਦੇ ਹੋ? ਮੈਂ ਆਉਂਦਾ ਸਰ ਆਪਣੇ 11 ਵਜੇ ਆਉਂਦਾ, ਸ਼ਾਮ ਨੂੰ 6:30-7 ਵਜੇ ਚਲ ਜਾਂਦਾ। ਪੱਟੇ ਵਾਲੀ ਮਸ਼ੀਨ ਦੇਖੀ ਉਸੇ? ਉਹਨੂੰ ਕਹਿੰਦੇ ਆ ਮਿਲ ਜੁਲ ਪਿਆਰ ਕਰੀਏ। ਹਾਂ ਆਓ ਪਿਆਰ ਕਰੀਏ। ਉਹ ਮੈਂ ਤਾਂ ਸਿਰਫ ਸੁਣਿਆ ਹੀ ਹੈ, ਕਹਿੰਦੇ 1-2 ਪੱਟੇ ਤੱਕ ਹੀ ਪਤਾ ਲੱਗਦਾ ਹੁੰਦਾ, ਫਿਰ ਤਾਂ ਕਹਿੰਦੇ ਸੁਣਨੇ ਹੋ ਜਾਂਦਾ ਕੰਮ। ਠੀਕ ਆ ਠੀਕ ਆ। ਡਿਊਟੀ ਕਰਨੀ ਔਖੀ ਲੱਗਦੀ ਹੈ ਕਿ ਉਰੇ ਆ ਕੇ ਖੜ੍ਹਨਾ ਔਖਾ ਲੱਗਿਆ? ਦੇਖੋ ਡਿਊਟੀ ਵੇਲੇ ਵੀ ਆਪਾਂ ਪਰਵਾਹ ਨਹੀਂ ਕੀਤੀ, ਇੱਥੇ ਵੀ ਪਰਵਾਹ ਨਹੀਂ ਕੀਤੀ ਖੜ੍ਹਨ ਦੀ। ਸਟੈਂਡਿੰਗ ਡਿਊਟੀ ਆਪਣੀ, ਉੱਥੇ ਵੀ ਸਟੈਂਡਿੰਗ ਸੀ, ਇੱਥੇ ਵੀ ਸਟੈਂਡਿੰਗ ਆ। ਉਰੇ ਘਰ ਦੇ ਮਾਂਗੇ ਉਹੀ ਡੱਬੇ ਰੱਖੇ ਹੋਏ ਨੇ, ਕਹਿੰਦੇ ਬਟਰ ਵੀ ਕਹਿੰਦੇ ਤੁਸੀਂ ਘਿਓ ਵੀ ਪੂਰਾ ਵਧੀਆ ਸਟੈਂਡਰਡ ਦਾ ਯੂਜ਼ ਕਰਦੇ ਹੈ ਆਪਣੇ ਕੋਲ। ਆਹ ਦੇਖੋ ਅਮੂਲ ਮੱਖਣ, ਅਸਲੀ ਮੱਖਣ, ਘਿਓ, ਹਾਂ ਅਮੂਲ ਮੱਖਣ, ਸ਼ੁੱਧ ਸ਼ੁੱਧ ਚੀਜ਼ ਰੱਖਣਾ, ਸ਼ੁੱਧ ਰੱਖਣਾ ਜੀ। ਕੋਈ ਪਰਵਾਹ ਨਹੀਂ, ਕੋਈ ਪਰਵਾਹ ਨਹੀਂ। ਇੰਨਾ ਮਹਿੰਗਾ ਸੌਦਾ ਲਾ ਕੇ ਇੰਨੇ ਪੈਸੇ ਬਚ ਵੀ ਜਾਂਦੇ ਨੇ? ਕਹਾਂ ਬਚਦੇ ਆ, ਬਚਦੇ ਆ, ਬਚਦੇ ਕਿਉਂ ਨਹੀਂ, ਬਚਦੇ ਨੇ, ਤਾਹੀ ਵੇਚ ਰਹੇ। ਮੈਂ ਤਾਂ ਇਹ ਵੀ ਸੁਣਿਆ ਕਹਿੰਦੇ ਜੇ ਸਮਾਨ ਸਮੂਨ ਬਚ ਬੁਚ ਜਾਂਦਾ ਤੁਸੀਂ ਜਾ ਕੇ ਕਹਿ ਦਿੰਦੇ ਹੋ ਕਿ ਬੱਚਿਆਂ ਨੂੰ ਕਿ ਚਲੋ ਐਂ ਕਰੋ ਯਾਰ ਤੁਸੀਂ ਆ ਜਾਓ, ਹੁਣ ਮੈਂ ਕਿੱਥੇ? ਹਾਂਜੀ ਇਹ ਆ ਵੀ ਚਲੋ ਸ਼ਾਮ ਨੂੰ ਜਦੋਂ 5-6 ਸਾਲ ਜਾਂ ਕੁਲਚੇ ਬਚ ਵੀ ਜਾਂਦੇ ਆ, ਅਤੇ ਆਪਾਂ ਵੇਸਟ ਨਹੀਂ ਕਰੀਦਾ ਉਸ ਨੂੰ। ਸ਼ਾਮ ਨੂੰ ਜਾ ਕੇ ਜਿਹੜੇ ਬੱਚੇ ਗਲੀ ਮਹੱਲੇ 'ਚ ਹੁੰਦੇ ਆਪਣੇ ਜਿੱਥੇ ਮੈਂ ਰਹਿ ਰਿਹਾ, ਵੀ ਸ਼ਾਮ ਨੂੰ ਜਿਹੜੇ ਵੀ ਅੰਕਲ ਆ ਗਏ ਪੁੱਛ ਲੈਂਦੇ, ਅੰਕਲ ਅੱਜ ਕੁਲਚੇ ਬਚੇ ਆ, ਮੈਂ ਕਹਿੰਦਾ ਪੁੱਤ ਬਚੇ ਹੋਏ ਨੇ ਆ ਜਾਓ ਤੁਸੀਂ, ਅਤੇ ਆਪਾਂ ਵਿਹੜੇ 'ਚ ਫਿਰ ਰੇਹੜੀ ਲਾ ਲਈ ਦੀ ਆ, ਆ ਜਾਓ ਵੀ ਛੱਕ ਲਓ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਰੈਮਟ ਟੀਵੀ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਰਵਿੰਦਰ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸਾਰੀ ਉਮਰ ਬੰਦਾ ਕੰਮ ਕਰਦਾ ਹੈ ਅਤੇ ਅੰਤ ਦੇ ਵਿੱਚ ਇਹ ਸੋਚਦਾ ਕਿ ਚਲੋ ਹੁਣ ਰਿਟਾਇਰਮੈਂਟ ਤੋਂ ਬਾਅਦ ਮੈਂ ਫ੍ਰੀ ਹੋ ਕੇ ਬੈਠੂੰਗਾ, ਕਹਿੰਦੇ ਪਰ ਆਪਣੇ ਸਾਡੇ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਸਾਨੂੰ ਇਹ ਸਿੱਖਿਆ ਦਿੰਦੇ ਨੇ ਕਿ ਕੰਮ ਉਦੋਂ ਤੱਕ ਕਰੋ ਜਦੋਂ ਤੱਕ ਸਰੀਰ ਚੱਲਦਾ, ਜੇ ਸਰੀਰ ਚੱਲਦਾ ਤਾਂ ਕੰਮ ਕਰੋ, ਜੇ ਕੰਮ ਕਰਦੇ ਹੋ ਤਾਂ ਸਰੀਰ ਚੱਲਦਾ। ਇਹ ਦੋਨੇ ਚੀਜ਼ਾਂ ਕਹਿੰਦੇ ਆਪਸ ਦੇ ਵਿੱਚ ਤਾਲੁਕਾਤ ਰੱਖਦੇ ਨੇ। ਇੱਕ ਐਸੀ ਐਗਜ਼ਾਮਪਲ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ, ਬਲਰਾਜ ਸਿੰਘ ਜੀ ਕੈਸਾ ਨਾਮ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਵਿੱਚ ਆਪਣੀ ਸੇਵਾ ਨਿਭਾਈ ਹੈ ਅਤੇ ਪੰਜਾਬ ਪੁਲਿਸ ਤੋਂ ਬਾਅਦ ਹੁਣ ਕੁਲਚੇ ਛੋਲੇ ਦਾ ਕੰਮ ਵੀ ਹੈ, ਰਿਟਾਇਰਮੈਂਟ ਤੋਂ ਬਾਅਦ ਸ਼ੁਰੂ ਕੀਤਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਠੀਕ ਹੈ ਸਰ। ਹੋਰ ਸਿਹਤ ਕਿੱਦਾਂ? ਸਿਹਤ ਵਧੀਆ ਜੀ। ਧਰਮ ਤਾਂ? ਸਭ ਠੀਕ ਹੈ ਜੀ। ਅਰੇ ਵਾਹ, ਮੈਨੂੰ ਇੱਕ ਗੱਲ ਦੱਸੋ, ਹਾਂਜੀ, ਇਨਸਾਨ ਲੰਮਾ ਸਮਾਂ ਆਪਣੇ ਪਰਿਵਾਰ ਨੂੰ ਪਾਲਦਾ, ਹਾਂਜੀ ਹਾਂਜੀ, ਲੰਮਾ ਸਮਾਂ ਇਹ ਸੋਚਦਾ ਕਿ ਮੇਰੇ ਬੱਚਿਆਂ ਦਾ ਕੁਛ ਬਣ ਜਾਵੇ, ਹਾਂਜੀ, ਮੈਂ ਆਪਣੀ ਘਰ ਵਾਲੀ ਨੂੰ ਸਾਰੇ ਸੁੱਖ ਦੇਦਾਂ ਭਾਈ, ਜਿਹੜੀ ਉਹ ਕਹਿੰਦੀ ਹੈ, ਹਾਂਜੀ ਹਾਂਜੀ, ਮੈਂ ਉਹਨਾਂ ਨੂੰ ਉਹਦਾ ਪਾਲਣ ਪੋਸ਼ਣ ਸਹੀ ਕਰਨਾ, ਰੀਝਾ ਪਕਾ ਦਾਂ। ਇਹ ਸੋਚਦਾ ਕਿ ਜਦੋਂ ਹੁਣ ਵਿਆਹ ਵੀ ਹੋ ਗਏ, ਕੰਮ ਬੱਚੇ ਵੀ ਸੈੱਟ ਹੋ ਗਏ, ਹੁਣ ਮੇਰੀ ਰਿਟਾਇਰਮੈਂਟ ਹੋ ਗਈ, ਹੁਣ ਮੈਂ ਬੈਠਦਾ। ਤੁਸੀਂ ਪੰਜਾਬ ਪੁਲਿਸ 'ਚੋਂ ਰਿਟਾਇਰਮੈਂਟ ਤੋਂ ਬਾਅਦ ਘਰੇ ਕਿਉਂ ਨਹੀਂ ਬੈਠੇ, ਕੀ ਗੱਲ ਕਹੋਗੀ? ਵੀ ਮੈਂ ਵਿਹਲਾ ਰਹਿਣਾ ਚਾਹੁੰਦਾ, ਕੰਮ ਕਰੀਏ ਬਸ, ਜਦ ਤੱਕ ਸਰੀਰ ਚੱਲਦਾ ਕੰਮ ਲਵੋ, ਅਤੇ ਕੰਮ ਲੈ ਰਿਹਾ। ਕੰਮ ਲੈ ਰਹੇ ਹੋ? ਹਾਂਜੀ ਹਾਂਜੀ ਬਿਲਕੁਲ। ਘਰਦਿਆਂ ਨੇ ਇਹ ਨਹੀਂ ਕਿਹਾ ਹੈਗਾ, ਜਿਵੇਂ ਐਂ ਤਾਂ ਮਿਸਿਜ਼ ਵੀ ਕਹਿ ਦਿੰਦੀ ਆ ਕਿ ਯਾਰ ਤੁਸੀਂ ਪਹਿਲਾਂ ਡਿਊਟੀ ਦਾ ਟਾਈਮ ਦੇਈ ਗਏ,
ਹੁਣ ਐਂ ਕਿ ਹੁਣ ਜਦੋਂ ਐਂ ਆਏ ਕਿ ਚਲੋ ਬੁਢਾਪੇ ਦੇ ਵਿੱਚ ਦੋ ਚਾਰ ਗੱਲਾਂ ਬਾਤਾਂ ਮਾਰਾਂਗੇ ਬੈਠ ਕੇ ਸੋਚਾਂਗੇ, ਤੁਸੀਂ ਫੇਰ ਕੰਮ 'ਤੇ ਚੱਲ ਜਾਂਦੇ ਹੋ। ਉਹ ਗੱਲਾਂ ਬਾਤਾਂ ਤਾਂ ਇਸ ਤਰ੍ਹਾਂ ਦੀ ਦੇਖੋ ਜੀ, ਕਿਹਾ ਤਾਂ ਸੀਗਾ ਪਰ ਮੈਂ ਆਪ ਹੀ ਨਹੀਂ ਰੁਕਿਆ ਵੀ, ਮੈਂ ਕਿਹਾ ਵੀ ਕੰਮ ਕਰੀਏ, ਬਸ ਵਿਹਲੇ ਬੈਠਣ ਵਾਲੋਂ ਚੰਗਾ ਆਪਣਾ ਕਿਸੇ ਕੰਮ ਕਰ 'ਚ ਲੱਗੇ ਰਹੀਏ, ਉਹ ਬਿਹਤਰ ਸਮਝਿਆ ਮੈਂ। ਕਿਉਂਕਿ ਬਾਕੀ ਜਿਹੜੀ ਗੱਲਾਂ ਬਾਤਾਂ ਦੀ ਗੱਲਬਾਤ ਸ਼ਾਮ ਨੂੰ ਆ ਜਾਣੇ, ਫਿਰ ਗੱਲਾਂ ਬਾਤਾਂ ਵੀ ਹੁੰਦੀ ਰਹਿੰਦੀਆਂ ਨੇ ਪਰਿਵਾਰ ਦੇ ਵਿੱਚ ਬਹਿ ਕੇ ਗੱਲਾਂ ਬਾਤਾਂ ਕਰੀ ਦੀਆਂ। ਪਰਿਵਾਰ ਦੇ ਵਿੱਚ ਕੌਣ ਕੌਣ? ਮੇਰੇ ਦੋ ਲੜਕੇ ਨੇ, ਦੋ ਲੜਕੀਆਂ ਨੇ, ਇਹ ਸਾਰੇ ਵਿਆਹ ਨੇ ਹੁਣ, ਨੌਹਾਂ ਦੋ ਨੌਹਾਂ ਨੇ, ਦੋ ਮੁੰਡੇ ਨੇ, ਪੂਰਾ ਭਰਮਾ ਪਰਿਵਾਰ ਭਰਮਾ ਜੀ ਬਿਲਕੁਲ। ਕਹਿੰਦੇ ਨਹੀਂ ਹੈਗੇ ਬੱਚੇ ਦਾ, ਦੇਖੋ ਜਿਵੇਂ ਕਹਿੰਦੇ ਨਹੀਂ ਹੁੰਦੇ ਕਿ ਬੱਚਿਆਂ ਦਾ ਮਾਪਿਆਂ ਨਾਲ ਬਹੁਤ ਪਿਆਰ ਹੁੰਦਾ? ਹਾਂਜੀ ਹਾਂਜੀ। ਕਹਿੰਦੇ ਨਹੀਂ ਹੈਗੇ ਕਿ ਪਿਤਾ ਜੀ ਬਸ ਕਰੋ, ਕੋਈ ਚੱਕਰ ਨਹੀਂ, ਬਸ ਕਰੋ, ਹੁਣ ਤੁਸੀਂ ਆਰਾਮ ਕਰ ਲਓ, ਬਥੇਰਾ ਡਿਊਟੀਆਂ ਹੋ ਗਈਆਂ। ਮੈਂ ਕਾਕਾ ਜਦ ਤੱਕ ਮੈਨੂੰ ਕੰਮ ਕਰ ਲੈਂਦਾ ਵਿਹਲਾ ਮੈਂ ਬੈਠਣਾ ਹੀ ਚਾਹੁੰਦਾ, ਅਤੇ ਹੁਣ ਮੈਂ ਕੰਮ ਕਰ ਰਿਹਾ ਹੁਣ ਠੀਕ ਠਾਕ। ਕਿੰਨਾ ਟਾਈਮ ਰਿਟਾਇਰਮੈਂਟ ਕਦੋਂ ਹੋਈ? ਮੈਂ ਜੀ ਆਪਣੇ 22 ਹੋਏ ਸੀ, 2022 22 ਸਾਲ। ਭਰਤੀ ਤੁਸੀਂ ਕਦੋਂ ਹੋਏ? 92 'ਚ। 30 ਸਾਲ? ਹਾਂਜੀ ਹਾਂਜੀ। 30 ਸਾਲ ਤੁਸੀਂ ਇੱਕ ਜੋਬ ਨੂੰ ਦਿੱਤਾ? ਜੋਬ ਦਿੱਤਾ ਜੀ, ਹਾਂਜੀ ਬਿਲਕੁਲ। ਕੰਮ ਕੰਮ ਡਿਊਟੀ ਕੀਤੀ ਆ ਪੂਰੀ ਤਨ ਤੇ ਹੀ ਨਾ, ਇਮਾਨਦਾਰੀ ਨਾਲ ਨਿਭਾਈ ਆ ਡਿਊਟੀਆਂ, ਅਤੇ ਰਿਟਾਇਰਮੈਂਟ ਹੋਇਆ ਉਦੋਂ ਵੀ ਖੁਸ਼ ਸੀ, ਹੁਣ ਵੀ ਖੁਸ਼ ਹਾਂ। ਜਦੋਂ ਰਿਟਾਇਰਮੈਂਟ ਹੁੰਦੀ ਹੈ, ਬੜੇ ਮਤਲਬ ਪੂਰਾ ਆਪਣਾ ਪ੍ਰੋਗਰਾਮ ਹੁੰਦਾ, ਟੈਂਟ ਵੈਂਟ ਲਾਇਆ ਜਾਂਦਾ, ਪੂਰੀ ਗੱਲਬਾਤ ਹੁੰਦੀ ਹੈ। ਹਾਂਜੀ ਹਾਂਜੀ। ਜਦੋਂ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਘਰੇ ਆਏ, ਹਾਂਜੀ, ਤਾਂ ਉਹਨਾਂ ਨੇ ਇਹ ਗੱਲ ਕਹੀ ਹੋਊਗੀ, ਤੁਸੀਂ ਕੀ ਸੋਚਿਆ ਸੀਗਾ ਕਿ ਹੁਣ ਮੈਂ ਰਿਟਾਇਰਮੈਂਟ ਤੋਂ ਨਾਲ ਦੀ ਨਾਲ ਇਹ ਕੰਮ ਸ਼ੁਰੂ ਕਰ ਦੇਣਾ, ਕਿ ਹੁਣ ਆਰਾਮ ਨਾਲ ਬੈਠਾਂਗੇ? ਇਹ ਪਹਿਲਾਂ ਹੀ ਸੋਚ ਲਿਆ ਸੀ? ਹਾਂਜੀ ਪਹਿਲਾਂ ਸੋਚ ਲਿਆ ਸੀਗਾ ਵੀ ਘਰੇ ਵਿਹਲੇ ਨਹੀਂ ਬੈਠਣਾ, ਬਸ ਥੋੜ੍ਹਾ ਜਿਹਾ ਆਰਾਮ ਕੀਤਾ ਮੈਂ, ਉਹ ਤੋਂ ਬਾਅਦ ਕੰਮ ਸ਼ੁਰੂ ਕਰਤਾ ਮੈਂ। ਫਿਰ ਕੁਲਚੇ ਦੀ ਰੇਹੜੀ ਵਾਲਾ ਕੰਮ ਕਿਉਂ? ਇਹ ਮੈਨੂੰ ਸਰਲ ਜਿਹਾ ਦਿਖਿਆ, ਸੌਖਾ ਜਿਹਾ ਦਿਖਿਆ, ਸੋ ਕੰਮ ਸ਼ੁਰੂ ਕਰਤਾ ਮੈਂ। ਬੜਾ ਜ਼ੋਰ ਨਹੀਂ ਮਾਰਨਾ? ਬੜਾ ਜ਼ੋਰ ਨਹੀਂ ਮਾਰਨਾ ਪੈਣਾ, ਜਦੋਂ ਦੇਖਿਆ ਆਪਣੇ ਵੀ ਜੁੜਦਾ ਘਰ ਜਾਣ ਦੀ ਤਾਂ ਬੰਦ ਕਰ ਜਾ ਤੁਰ ਪਈਦਾ ਘਰ ਨੂੰ, ਜਿਹੀ ਤੁਰ ਪਈਦਾ ਜੀ, ਅਤੇ ਕੋਸ਼ਿਸ਼ ਇਹ ਕਰੀਏ ਵੀ ਆਪਣਾ ਸ਼ਾਮ ਤੱਕ ਲੱਗੇ ਰਹੀ ਹੈ। ਹਾਂਜੀ ਹਾਂਜੀ। ਕਿੰਨੇ ਵਜੇ ਆ ਜਾਂਦੇ ਹੋ? ਮੈਂ ਆਉਂਦਾ ਸਰ ਆਪਣੇ 11 ਵਜੇ ਆਉਂਦਾ, ਸ਼ਾਮ ਨੂੰ 6:30-7 ਵਜੇ ਚੱਲ ਜਾਂਦਾ, 6:30-7 ਵਜੇ 7 ਵਜੇ ਤੱਕ ਆਉਂਦਾ। ਹਾਂਜੀ। ਜਿਵੇਂ ਤੁਸੀਂ ਪਹਿਲੇ ਦਿਨ ਜਦੋਂ ਇਹ ਕੰਮ ਬਾਰੇ ਕਿਸੇ ਨਾਲ ਤਾਂ ਸਲਾਹ ਕੀਤੀ ਹੋਊ, ਕਿਸੇ ਨਾਲ ਗੱਲਬਾਤ, ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਕਿ ਮੈਂ ਆਹ ਕੰਮ ਸ਼ੁਰੂ ਕਰ ਲਾਂਗਾ? ਉਹਦਾ ਘਰਦਿਆਂ ਨਾਲ ਮੈਂ ਗੱਲਬਾਤ ਕੀਤੀ ਸੀ, ਮੈਂ ਕਿਹਾ ਵੀ ਮੈਂ ਕੋਈ ਨਾ ਕੋਈ ਕੰਮ ਕਾਰ ਕਰੂੰਗਾ ਮੈਂ ਰਿਟਾਇਰਮੈਂਟ ਤੋਂ, ਵੀ ਇਸ ਤਰ੍ਹਾਂ ਕੋਈ ਨਾ ਕੋਈ ਕਰਦੇ ਰਹੀਏ ਚੰਗਾ। ਕੀ ਰਿਐਕਸ਼ਨ ਆਇਆ ਸੀ? ਵਧੀਆ ਸੀ, ਵਧੀਆ ਆਇਆ ਸੀ ਬਿਲਕੁਲ। ਨਹੀਂ ਨਹੀਂ ਨਹੀਂ, ਇਹੋ ਜਿਹਾ ਕੋਈ ਮਨ 'ਚ ਸੀ ਵੀ, ਮੈਂ ਕਿਹਾ ਵੀ ਇੱਕ ਤਾਂ ਸ਼ੌਂਕ ਜਿਹਾ ਉੱਠਿਆ ਸੀਗਾ ਵੀ ਸ਼ੌਂਕ ਵੀ ਕਰਨਾ ਚਾਹੀਦੇ ਪੂਰੇ, ਆਹ ਹੱਥੀਂ ਕੰਮ ਕਰੀਏ ਯਾਰ, ਨਜ਼ਾਰਾ ਲੈ ਕੇ ਦੇਖੀਏ। ਪੰਜਾਬ ਪੁਲਿਸ ਦੇ ਵਿੱਚ ਜਦੋਂ ਕੰਮ ਕਰਦੇ ਸੀ, ਕਹਿੰਦੇ ਉਹ ਤਾਂ ਮਤਲਬ ਕਈ ਵਾਰ ਐਂ ਹੋ ਜਾਂਦਾ ਕਿ ਗੁੱਸਾ ਆ ਜਾਂਦਾ, ਕੋਈ ਗੱਲ ਕੋਈ ਅਪਰਾਧੀ ਇਹੋ ਜਿਹੀ ਹਰਕਤ ਕਰ ਦਿੰਦਾ ਕਿ ਬਹੁਤ ਗੁੱਸਾ ਆਇਆ, ਕਦੇ ਕਿਸੇ ਦੇ ਮਾੜਾ ਮੋਟਾ ਹੱਥ ਉੱਥੇ ਸਾਫ਼ ਕੀਤਾ? ਨਹੀਂ, ਦੇਖੋ ਜਿਹਦਾ ਗਲਤੀਆਂ ਦਾ ਬੰਦਾ ਕਰਦੇ ਰਹਿੰਦਾ ਉਹ ਮਾੜਾ ਮਾੜਾ ਪਿਆਰ ਨਾਲ ਸਮਝਾ ਦਿਉ, ਆਪੇ ਸਮਝ ਆਉਂਦਾ, ਜੇ ਨਹੀਂ ਸਮਝਵੇ ਤਾਂ ਹੋਰ ਖਾਓ ਟੱਟਾ ਕਿਤੇ। ਕਹਿੰਦੇ ਪੱਟੇ ਵਾਲੀ ਮਸ਼ੀਨ ਦੇਖੀ ਸੀ? ਉਹਨੂੰ ਕਹਿੰਦੇ ਆ ਮਿਲ ਜੁਲ ਪਿਆਰ ਕਰੀਏ, ਹਾਂ ਆਓ ਮਿਲ ਪਿਆਰ ਕਰੀਏ ਉਹ। ਮੈਂ ਤਾਂ ਦੇਖੋ, ਮੈਂ ਤਾਂ ਰੱਬ ਨਾ ਕਰੇ ਪਹਿਲਾਂ ਤਾਂ ਕਦੇ ਇੱਦਾਂ ਹੋਵੇ, ਮੈਂ ਤਾਂ ਸਿਰਫ ਸੁਣਿਆ ਹੀ ਹੈ, ਕਹਿੰਦੇ ਇੱਕ ਦੋ ਪੱਟੇ ਤੱਕ ਹੀ ਪਤਾ ਲੱਗਦਾ ਹੁੰਦਾ, ਫਿਰ ਤਾਂ ਕਹਿੰਦੇ ਸੁਣਨੇ ਹੋ ਜਾਂਦਾ ਕੰਮ। ਠੀਕ ਆ ਠੀਕ ਆ ਬਸ। ਅੱਛਾ, ਡਿਊਟੀ ਕਰਨੀ ਔਖੀ ਲੱਗਦੀ ਹੈ ਕਿ ਉਰੇ ਆ ਕੇ ਖੜ੍ਹਨਾ ਔਖਾ ਲੱਗਿਆ? ਦੇਖੋ ਡਿਊਟੀ ਵੇਲੇ ਵੀ ਆਪਾਂ ਪਰਵਾਹ ਨਹੀਂ ਕੀਤੀ, ਇੱਥੇ ਵੀ ਪਰਵਾਹ ਨਹੀਂ ਕੀਤੀ ਖੜ੍ਹਨ ਦੀ,
ਸਟੈਂਡਿੰਗ ਰੂੜੀ ਆਪਣੀ, ਉੱਥੇ ਵੀ ਸਟੈਂਡਿੰਗ ਸੀ, ਇੱਥੇ ਵੀ ਸਟੈਂਡਿੰਗ ਆ। ਪਹਿਲੇ ਦਿਨ ਜਦੋਂ ਉਰੇ ਆ ਕੇ ਖੜ੍ਹੇ ਸੀਗੇ, ਹਾਂਜੀ ਹਾਂਜੀ, ਇਹ ਮੈਂ ਇਸ ਵਕਤ ਲੁਧਿਆਣੇ ਸ਼ਹਿਰ ਦੇ ਵਿੱਚ ਹਾਂ, ਗੁਲਜ਼ਾਰ ਪੰਪ ਆ ਉਰੇ ਨੇੜੇ। ਹਾਂਜੀ, ਪੈਟਰੋਲ ਪੰਪ ਆਪਣੇ ਲਿਬੜਾ ਆਫਿਸ ਦੇ ਨਜ਼ਦੀਕ ਸਰ। ਹਾਂ, ਲਿਬੜਾ ਦਫ਼ਤਰ ਦੇ ਬਿਲਕੁਲ ਨੇੜੇ ਬਾਪੂ ਜੀ ਖੜ੍ਹਦੇ ਨੇ। ਢੋਲੇ ਵਾਲਾ ਚੌਂਕ, ਢੋਲੇ ਵਾਲਾ ਚੌਂਕ ਦਿੱਲੀ ਰੋਡ ਨੂੰ ਜਾਣ ਵਾਲਾ ਲਿਬੜਾ, ਲਿਬੜਾ ਆਫਿਸ ਦੇ ਸਾਹਮਣੇ ਬੱਸਾਂ ਵਾਲਾ ਲਿਬੜਾ ਹਾਊਸ ਦੇ ਕੋਲ ਬਈ, ਉਰੇ ਖੜ੍ਹਦੇ ਨੇ। ਤੁਸੀਂ ਬਾ ਕਮਾਲ ਕੁਲਚੇ ਜਿਹੜੇ ਨੇ ਉਹ ਬਣਾਉਂਦੇ ਨੇ, ਬਹੁਤ ਸੋਹਣਾ ਕੰਮ ਆ, ਸਾਫ਼ ਸੁਥਰਾ ਕੰਮ ਆ, ਤੁਸੀਂ ਬਿਲਕੁਲ ਦੇਖ ਸਕਦੇ ਹੋ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਆਪਾਂ ਇੱਕ ਵਾਰ ਆਪਾਂ ਦਿਖਾ ਵੀ ਦਿੰਦੇ ਹਾਂ ਉਰੇ, ਹੈ ਨਾ। ਹਾਂਜੀ, ਆਹ ਤੁਸੀਂ ਦੇਖ ਸਕਦੇ ਹੋ, ਐਂ ਨਹੀਂ ਹੈਗਾ ਕਿ ਬਾਹਲਾ ਤਾਮ ਜਾਮ ਰੱਖਿਆ ਹੋਇਆ ਕਿ ਦੇ ਤਰੀ ਦੀ ਲੈ ਤਰੀ ਦੀ। ਉਰੇ ਘਰ ਦੇ ਮਾਂਗੇ ਉਹੀ ਡੱਬੇ ਰੱਖੇ ਹੋਏ ਨੇ, ਕਹਿੰਦੇ ਬਟਰ ਵੀ, ਕਹਿੰਦੇ ਤੁਸੀਂ ਘਿਓ ਵੀ ਪੂਰਾ ਵਧੀਆ ਸਟੈਂਡਰਡ ਦਾ ਯੂਜ਼ ਕਰਦੇ ਹੈ ਆਪਣੇ ਕੋਲ। ਆਹ ਦੇਖੋ ਅਮੂਲ ਮੱਖਣ, ਅਸਲੀ ਮੱਖਣ, ਘਿਓ, ਅਮੂਲ ਮੱਖਣ, ਸ਼ੁੱਧ ਸ਼ੁੱਧ ਚੀਜ਼ ਰੱਖਣਾ, ਸ਼ੁੱਧ ਰੱਖਣਾ ਜੀ, ਕੋਈ ਪਰਵਾਹ ਨਹੀਂ, ਕੋਈ ਪਰਵਾਹ ਨਹੀਂ। ਇੰਨਾ ਮਹਿੰਗਾ ਸੌਦਾ ਲਾ ਕੇ ਇੰਨੇ ਪੈਸੇ ਬਚ ਵੀ ਜਾਂਦੇ ਨੇ, ਬਚਦੇ ਆ, ਬਚਦੇ ਆ, ਬਚਦੇ ਕਿਉਂ ਨਹੀਂ, ਬਚਦੇ ਨੇ, ਤਾਂ ਵੇਚ ਰਹੇ। ਹਾਂਜੀ ਬਿਲਕੁਲ, ਜੇ ਜੇ ਆਪਾਂ ਦੇਖੀਏ ਹੁਣ ਜਿਵੇਂ ਆਹ ਦੇਖੋ ਕਿ ਤਵਾ ਵੀ, ਮੈਂ ਕਹਿੰਦਾ ਤਵਾ ਮਾਂਜਣ ਵੀ ਬਹੁਤ ਟਾਈਮ ਲੱਗ ਜਾਂਦਾ ਹੋਊਗਾ, ਤਾਂ ਕਿੰਨੇ ਲਿਸ਼ ਲਿਸ਼ ਕਰਦਾ। ਇਹ ਤਾਂ ਆਪਣੇ ਆਪ ਮਾਂਜ ਲੱਗਦਾ, ਹੱਥ ਫੇਰੀ ਦਾ ਫਿਰ ਆਪਣੇ ਆਪ ਲਿਸ਼ਕਣਾ ਪੈਂਦਾ। ਹਾਏ ਹਾਏ ਹਾਏ, ਇਹਨੇ ਹਟਣਾ ਤਾਂ ਹੈ ਨਹੀਂ, ਇਹਨੇ ਤਾਂ ਹਟਣਾ ਹੈ ਨਹੀਂ, ਹੁਣ ਚਮਕੇ ਜਾਂਦਾ, ਚਮਕੇ ਜੇ, ਚੰਗੀ ਗੱਲ ਆ। ਅਰੇ ਵਾਹ ਬਾਬੀ, ਇੱਕ ਗੱਲ ਮੈਨੂੰ ਜ਼ਰੂਰ ਦੱਸੋ, ਦੋਸਤ ਮਿੱਤਰ ਯਾਰੀ ਦੋਸਤੀ, ਹਾਂਜੀ, ਰਿਸ਼ਤੇਦਾਰੀ, ਹਾਂਜੀ, ਕੀ ਲੱਗਦਾ ਕਿ ਅੱਜ ਦੇ ਟਾਈਮ 'ਚ ਕਿਹੋ ਜਿਹੀ ਹੋ ਗਈ ਹੈ ਭਾਜੀ? ਹੁਣ ਥੋੜ੍ਹਾ ਹੁਣ ਸਮੇਂ ਐਸਾ, ਸਮੇਂ ਨੂੰ ਸਮੇਂ ਵਾਸਤੇ ਆਪ ਹੀ ਵਿਚਰ ਰਿਹਾ ਵਿੱਚ, ਅਸੀਂ ਕੀ ਕਰ ਰਹੇ ਹਾਂ, ਕੀ ਨਹੀਂ ਕਰਨਾ ਚਾਹੀਦਾ ਉਹ ਕਰ ਰਹੇ ਹਾਂ। ਕਈ ਵਾਰ ਤਾਂ ਤੁਸੀਂ ਇਹੋ ਜਿਹੇ ਕੇਸ ਵੀ ਦੇਖੋ ਕਿ ਕੋਈ ਜਿਗਰੀ ਯਾਰੀ ਨੇ, ਹਾਂਜੀ, ਜੇ ਆਪਾਂ ਖਬਰਾਂ ਵੀ ਤਾਂ ਸੁਣਦੇ ਹਾਂ, ਕੋਈ ਯਾਰ ਮਿੱਤਰ ਪਹਿਲਾਂ ਲੈ ਗਿਆ ਕਿ ਤੂੰ ਮੇਰਾ ਮਿੱਤਰ ਆ, ਮਿੱਤਰ ਆ, ਫਿਰ ਗਾਹਾਂ ਜਾ ਕੇ ਉਹਦਾ ਕਤਲ ਕਰਤਾ। ਇਹ ਤਾਂ ਵਿਸ਼ੇ ਹੁਣ ਹੋਰ ਨੇ, ਇਹ ਵਿਸ਼ੇ ਹੋਰ ਆ, ਇਹ ਵਿਸ਼ੇ ਹੋਰ ਆ, ਦੁੱਖ ਤਾਂ ਲੱਗਦਾ ਜੀ। ਦੇਖੋ ਹੁਣ ਗੱਲ ਆ ਵੀ ਦੁੱਖ ਤਾਂ ਹੁਣ ਦੇਖੋ ਲੱਗਣੇ ਨੇ, ਹੈ ਜੀ, ਜੋ ਹੋ ਰਿਹਾ ਠੀਕ ਨਹੀਂ ਹੋ ਰਿਹਾ ਸੀ, ਇਹ ਅਤੇ ਹੋ ਗਿਆ, ਹੋਣਾ ਨਹੀਂ ਚਾਹੀਦਾ, ਹੋਣਾ ਨਹੀਂ ਚਾਹੀਦਾ ਬਿਲਕੁਲ। ਕੋਈ ਯਾਰ ਮਿੱਤਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਣਾਉਂਦੇ ਹੋ, ਉਹਨੂੰ ਤੁਸੀਂ ਚੂਜ਼ ਕਰਦੇ ਹੋ, ਕਿਉਂਕਿ ਕਹਿੰਦੇ ਮਿੱਤਰ ਇਹ ਹੁੰਦਾ ਜਿਹੜਾ ਆਪਾਂ ਆਪਣੀ ਮਰਜ਼ੀ ਨਾਲ ਚੁਣਦੇ ਹਾਂ, ਹਾਂਜੀ, ਬਾਕੀ ਰਿਸ਼ਤੇ ਦਾ ਧੁਰ ਤੋਂ ਹੀ ਬਣ ਕੇ ਆ ਜਾਂਦੇ ਨੇ, ਕਿਆ ਤੇਰੀ ਮਾਸੀ ਆ, ਤੇਰੀ ਭੂਆ ਆ, ਤੇਰੀ ਚਾਚੀ ਆ, ਹਾਂਜੀ, ਇਹ ਚੀਜ਼ਾਂ ਤਾਂ ਆਪਣੇ ਆਪ ਮਿਲ ਜਾਂਦੀਆਂ ਨੇ, ਪਰ ਮਿੱਤਰ ਆਪਾਂ ਆਪਣੀ ਮਰਜ਼ੀ ਨਾਲ ਚੁਣਦੇ ਹਾਂ, ਹੈ ਨਾ। ਚੰਗਾ ਮਿੱਤਰ ਬਣਾਓ ਹਮੇਸ਼ਾ, ਬਿਲਕੁਲ, ਹਮੇਸ਼ਾ ਚੰਗਾ ਵੀਰਾ, ਸਾਥ ਨਿਭਾ ਕੇ, ਤੇਰਾ ਸਾਥ ਨਿਭਾ, ਬਿਲਕੁਲ। ਕਈ ਗੱਲਾਂ ਮਿੱਤਰ ਕਹਿਣ ਨੂੰ ਹੀ ਮਿੱਤਰ ਨਾ ਹੋਵੇ, ਕਹਿਣ ਨੂੰ ਮਿੱਤਰ ਨਾ ਹੋਵੇ, ਪਰ ਅੱਜ ਕੱਲ੍ਹ ਯਕੀਨ ਵੀ ਕੀਤਾ ਜਾਵੇ, ਯਕੀਨ ਬਹੁਤ ਬਹੁਤ ਔਖਾ, ਮਹਿੰਗਾ ਪੈ ਜਾਂਦਾ, ਹਰ ਕੋਈ ਅਫੋਰਡ ਨਹੀਂ ਕਰ ਸਕਦਾ, ਨਾ ਜੀ। ਇਸ ਕਰਕੇ ਹੁਣ ਆਪਣੇ ਆਪ ਦੀ ਮਿੱਤਰਤਾ ਬਣਾ ਕੇ ਰੱਖੀ ਦੀ ਆ, ਵੀ ਮੈਂ ਹੀ ਤੇਰਾ ਦੋਸਤ ਹਾਂ, ਤੂੰ ਹੀ ਮੇਰਾ ਮਿੱਤਰ। ਅਰੇ ਵਾਹ, ਬਹੁਤ ਸੋਹਣਾ, ਬਿਲਕੁਲ। ਤੁਸੀਂ ਬਾਪੂ ਜੀ ਨੂੰ ਉਰੇ ਜੇ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਬੇਝਿਜਕ ਇਹਨਾਂ ਨੂੰ ਮਿਲ ਵੀ ਸਕਦੇ ਹੋ, ਕੁਲਚੇ ਛੋਲੇ ਬਹੁਤ ਸੋਹਣਾ, ਬੇਗ ਬਾ ਕਮਾਲ, ਜਿਵੇਂ ਘਰ ਦੇ ਵਿੱਚ ਆਪਾਂ ਬਣਾ ਕੇ ਖਾਂਦੇ ਹਾਂ ਨਾ ਘਰੇ, ਉਹੀ ਹਿਸਾਬ ਕਿਤਾਬ ਆ ਇਹ, ਬਿਲਕੁਲ। ਇਸ ਵੀਡੀਓ ਨੂੰ ਸ਼ੇਅਰ ਕਰੋ, ਸ਼ੇਅਰ ਇਸ ਕਰਕੇ ਕਿ ਮੈਂ ਤਾਂ ਇਹ ਵੀ ਸੁਣਿਆ, ਕਹਿੰਦੇ ਜੇ ਸਮਾਨ ਸਮੂਨ ਬਚ ਕੁਛ ਕਹਿੰਦਾ ਤੁਸੀਂ ਜਾ ਕੇ ਕਹਿ ਦਿੰਦੇ ਹੋ ਕਿ ਬੱਚਿਆਂ ਨੂੰ ਕਿ ਚਲੋ ਐਂ ਕਰੋ ਯਾਰ ਤੁਸੀਂ ਆ ਜਾਓ, ਹੁਣ ਮੈਂ ਕਿੱਥੇ। ਹਾਂਜੀ, ਇਹ ਆ ਵੀ ਜਦੋਂ ਸ਼ਾਮ ਨੂੰ 5-6 ਸਾਲ ਜਾਂ ਕੁਲਚੇ ਬਚ ਵੀ ਜਾਂਦੇ ਆ, ਅਤੇ ਆਪਾਂ ਵੇਸਟ ਨਹੀਂ ਕਰੀਦਾ ਉਸ ਨੂੰ, ਸ਼ਾਮ ਨੂੰ ਜਾ ਕੇ ਜਿਹੜੇ ਬੱਚੇ ਗਲੀ ਮਹੱਲੇ 'ਚ ਆਉਂਦੇ ਆਪਣੇ ਜਿੱਥੇ ਮੈਂ ਰਹਿ ਰਿਹਾ, ਵੀ ਸ਼ਾਮ ਨੂੰ ਜਿੱਥੇ ਵੀ ਅੰਕਲ ਆ ਗਏ ਪੁੱਛ ਲੈਂਦੇ, ਅੰਕਲ ਅੱਜ ਕੁਲਚੇ ਬਚੇ ਆ, ਮੈਂ ਕਹਿੰਦਾ ਪੁੱਤ ਬਚੇ ਹੋਏ ਨੇ, ਆ ਜਾਓ ਤੁਸੀਂ, ਅਤੇ ਆਪਾਂ ਵਿਹੜੇ 'ਚ ਫਿਰ ਰੇਹੜੀ ਲਾ ਲਈ ਦੀ ਆ, ਆ ਜਾਓ ਵੀ ਛੱਕ ਲਓ। ਯਾਰ ਰੇਹੜੀ ਸ਼ਬਦ ਜਦੋਂ ਕੋਈ ਸੁਣਦਾ, ਹਾਂਜੀ, ਆਪਣੇ ਨੌਜਵਾਨ ਤਾਂ ਕਹਿੰਦੇ ਲੈ ਹੁਣ ਰੇਹੜੀ ਲਾਵਾਂਗੇ ਅਸੀਂ, ਲੈ ਹੁਣ ਆਹ ਕੰਮ ਕਰਾਂਗੇ ਅਸੀਂ,
ਕੋਈ ਹੋਵੇ ਵਾਈਟ ਕਲਰ ਉੱਥੇ ਏਸੀ ਛੱਡਿਆ ਹੋਵੇ, ਕੁਰਸੀ ਹੋਵੇ ਘੁੰਮਣ ਵਾਲੀ, ਉਹਦੇ ਉੱਤੇ ਬੈਠੀਏ। ਕੋਈ ਚਾਰ ਬੰਦੇ ਥੱਲੇ ਕੰਮ ਦੇ ਹੁਣ ਕਰਦੇ, ਰੋਹ ਮਾਰ ਕੇ ਕਹੀਏ ਕਿ ਚਲੋ ਉੱਧਰ ਨੂੰ ਜਾ ਕੇ ਕੰਮ ਕਰ, ਕਦੇ ਕੀ ਤੁਹਾਡੇ ਮਨ 'ਚ ਨਹੀਂ ਆਇਆ? ਕੰਮ ਤਾਂ ਦੇਖੋ ਕੋਈ ਮਾੜਾ ਨਹੀਂ ਹੈਗਾ, ਰੇਹੜੀ ਨਾਲ ਕੋਈ ਗੱਲ ਨਹੀਂ ਹੈਗੀ। ਜੇ ਹੁਣ ਆਪਣੇ ਸਮਰੱਥਾ ਹੀ ਹੈ ਨਹੀਂ ਆਪਣੇ ਏਸੀ ਲਾਉਣ ਦੀ, ਦੁਕਾਨਾਂ ਵੱਡੀਆਂ ਲੈਣ ਦੀ ਖਰੀਦਣ ਦੀ, ਉੱਥੇ ਆਪਾਂ ਕੀ ਕਰਾਂਗੇ? ਕੋਈ ਛੋਟਾ ਵੱਡਾ ਕੋਈ ਵੱਡੇ, ਹਾਂਜੀ ਅੰਦਰ ਭਾਵਨਾ ਹੋਣੀ ਚਾਹੀਦੀ ਕੰਮ ਦੀ, ਵੀ ਮੈਂ ਕੰਮ ਕਰਨਾ ਕਰੂੰ ਕਰਨਾ ਚਾਹੀਦਾ। ਜ਼ਿੰਦਗੀ ਜਿਹੜੀ ਸਕੂਨ ਦੀ ਜੀਵੋ, ਵਧੀਆ ਸਿੱਖਿਆ ਜੀਵੋ, ਸਕੂਨ ਹੋਵੇ ਜ਼ਿੰਦਗੀ 'ਚ। ਪੈਸਾ ਤਾਂ ਹੁਣ ਆਵਾ ਚੱਲ ਜਾਂਦਾ, ਆ ਗਿਆ ਚੱਲ ਜਾਂਦਾ, ਇਹ ਨਹੀਂ ਟਿਕਣਾ, ਇਹ ਨਹੀਂ ਕਦੇ ਕਿਸੇ ਦਾ। ਮਨ ਨੂੰ ਟਿਕਾ ਕੇ ਰੱਖੋ ਬਸ, ਹਾਂ ਮਨ ਨੂੰ ਟਿਕਾ ਕੇ ਰੱਖੋ ਬਿਲਕੁਲ। ਇਸ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ, ਸ਼ੇਅਰ ਇਸ ਕਰਕੇ ਕਿਉਂਕਿ ਇੱਕ ਚੰਗਾ ਸੁਨੇਹਾ ਦਿੱਤਾ ਜਾਂਦਾ। ਕਿਤੇ ਆਪਾਂ ਇਹ ਸੋਚ ਲੈਂਦੇ ਕਿ ਚੱਲ ਅੱਜ ਦਾ ਕੰਮ ਕੱਲ੍ਹ ਨੂੰ ਕਰਾਂਗੇ, ਕੱਲ੍ਹ ਦਾ ਕੰਮ ਪਰਸੋਂ ਨੂੰ ਕਰਾਂਗੇ, ਕੋਈ ਗੱਲ ਨਹੀਂ ਯਾਰ ਪੈ ਜਾ ਦੋ ਮਿੰਟ ਚੱਲਦੇ ਹਾਂ। ਅਤੇ ਇਸ ਉਮਰੇ ਦੇ ਵਿੱਚ ਬਾਪੂ ਜੀ ਰਿਟਾਇਰ ਵੀ ਹੋਏ ਨੇ ਪੰਜਾਬ ਪੁਲਿਸ ਤੋਂ, ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਹੋਣ ਤੋਂ 30 ਸਾਲ ਦੀ, ਉਹ ਇੱਕ ਐਡਾ ਲੰਬਾ ਪੈੜਾ ਤੈਅ ਕੀਤਾ ਆ, ਡਿਊਟੀ ਕੀਤੀ ਆ, ਨਾ ਤੂਫਾਨ ਝੱਖੜ ਮੀਂਹ ਹਨੇਰੀ ਸਾਰਾ ਕੁਛ ਸਿਹਾ, ਅਤੇ ਅੱਜ ਵੀ ਧੁੱਪਾਂ ਦੇ ਵਿੱਚ ਖੜ੍ਹ ਕੇ ਰੇਹੜੀ ਲਾਉਂਦੇ ਨੇ। ਬਾਪੂ ਜੀ ਜੇ ਆਪਾਂ ਵੇਖਿਆ ਜਾਵੇ ਤਾਂ ਕਿੰਨੀ ਕੁ ਕਮਾਈ ਹੋ ਜਾਂਦੀ ਆ? ਇਹ ਤਾਂ ਹੁਣ ਗਾਹਕ ਦੇ ਸਿਰ 'ਤੇ ਆ, ਦੇਖੋ ਜੀ ਗੱਲ ਸੁਣਾ, ਕਈ ਵਾਰ ਪਹਿਲੇ ਦਿਨ ਦੱਸ ਦਿਓ, ਚਲੋ ਅੱਜ ਪਹਿਲੇ ਦਿਨ ਸਾਰੀ ਵੇਚ ਬੂਚ ਵਿੱਚ ਹੀ 15 ਰੁਪਏ ਪਹਿਲੇ ਦਿਨ ਬਣਿਆ ਸੀਗਾ। ਫਿਰ ਤਾਂ ਕਿੰਨਾ ਕੁ ਬਚਿਆ ਉਹ? ਕੁਝ ਕੀ ਬਚਣਾ, ਫਿਰ 250 ਜਾਂ 300 ਰੁਪਏ ਦੇ ਬਚਾਉਣਾ ਵੱਧ ਤੋਂ ਵੱਧ। ਫਿਰ ਐਂ ਨਹੀਂ ਲੱਗਿਆ ਮਨ ਨੂੰ, ਲੈ ਯਾਰ ਅੱਜ ਦਾ 300 ਰੁਪਈਆ ਬਚਿਆ, ਉੱਥੇ ਮੈਂ ਸੁੱਕ ਗਿਆ ਬੈਠਾ। ਹੌਲੀ 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 ਆਪਾਂ ਇੱਕ ਪੌੜੀ 'ਚ ਚੜ੍ਹ ਦੇਣਾ, ਇੱਕ ਪੈਰ ਰੱਖਦੇ ਹਾਂ ਪੌੜੇ 'ਤੇ, ਫਿਰ ਦੂਜੇ ਰੱਖਦੇ, ਫਿਰ ਉਸਦੇ ਪੈਸੇ ਤਾਂ ਕੱਢਦੇ ਹਾਂ। ਇਹ ਤਾਂ ਫਿਰ 400 ਚੱਲ, ਫਿਰ ਆਪਣਾ ਵਧੀਆ ਕੰਮ ਚੱਲਿਆ, ਫਿਰ ਵਧੀਆ ਚੱਲਦਾ ਜੀ। ਹੁਣ ਆਪਣਾ ਇਹ ਵੀ ਮੈਂ ਸ਼ਾਮ ਨੂੰ ਲੈ ਜਾਣਾ ਜੀ, ਵੀ ਆ 700 ਇਹ ਰੋਜ਼ ਵੀ ਰੋਜ਼ 700-800 ਜਾਣਾ, ਕਈ ਵਾਰ 500-600 'ਤੇ ਵੀ ਪਹੁੰਚ ਜਾਂਦੀ ਗੱਡੀ, ਇੱਥੇ ਵੀ ਸਮਾਪਤੀ ਸਫ਼ਰ ਕਰਨਾ ਪੈਂਦਾ। ਚਲੋ ਕੋਈ ਨਹੀਂ, ਜੋ ਆਇਆ ਮਾਲਕ ਦਾ ਸ਼ੁਕਰ ਹੈ, ਮਿਲਦਾ ਗਿਆ, ਚੱਲ ਜਾਏਗਾ ਤੁਹਾਨੂੰ। ਅਰੇ ਵਾਹ, ਮਾਲਕ ਦੇ ਰਜ਼ਾ ਦੇ ਵਿੱਚ ਰਾਜੀ ਰਹਿਣਾ, ਰਜ਼ਾ ਵਿੱਚ ਰਹਿਣਾ ਪੈਂਦਾ ਜੀ, ਐਵੇਂ ਹੱਥ ਪੱਲੇ ਮਾਰੀ ਜਾਓ ਫਾਇਦਾ ਕੋਈ ਫਾਇਦਾ ਨਹੀਂ ਬਿਲਕੁਲ। ਅਸੀਂ ਵੀ ਇਹੀ ਉਮੀਦ ਰੱਖਾਂਗੇ, ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ, ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖਾਨੇ ਨੂੰ ਦੋ ਇਜਾਜ਼ਤ ਦੇ ਦੇ ਰਹੋ ਰੈਮ ਟੀਵੀ, ਧੰਨਵਾਦ।